किसान वीर इन्हां नाल गलबात करते हैं। वीर जी की नाम जी तुहाडा? मेरा रजिंदर सिंह बड़ाच है जी। किहड़ी जगह तो आए हो तुसीं? असीं हुशियारपुर डिस्ट्रिक्ट नजदीक टांडे दे नजदीक पिंड है जी बैच। ਠੀਕ ਹੈ ਜੀ। ਔਰ ਤੁਸੀਂ ਆਏ ਹੋ ਕਿਹੜੀ ਕਿਹੜੀਆਂ ਫਸਲਾਂ ਦੀ ਕਾਸ਼ਤ ਕਰਦੇ ਹੋ ਅਤੇ ਇਹਨਾਂ ਕਾਨੂੰਨਾਂ ਦੇ ਖਿਲਾਫ ਜੋ ਤੁਸੀਂ ਆਵਾਜ਼ ਕਿਸਾਨਾਂ ਦਾ ਸਹਿਯੋਗ ਕਰਨ ਆਏ ਹੋ ਕਿਹੜੀਆਂ ਕਿਹੜੀਆਂ ਫਸਲਾਂ ਉਗਾਉਂਦੇ ਹੋ? ਅਸੀਂ ਸਰ ਜੀ ਸਾਡੇ ਏਰੀਏ ਦੇ ਵਿੱਚ ਮੇਨ ਗੰਨਾ, ਕਣਕ, ਝੋਨਾ, ਆਲੂ, ਮੱਕੀ, ਇਹ ਪੰਜ ਫਸਲਾਂ ਸਾਡੀਆਂ ਮੇਨ ਬੀਜੀਆਂ ਜਾਂਦੀਆਂ ਜੀ। ਕਿੰਨਾ ਕੁ ਨੁਕਸਾਨ ਦੇਖਦੇ ਹੋ ਤੁਸੀਂ ਇਹਨਾਂ ਕਾਨੂੰਨਾਂ ਦੇ ਨਾਲ ਕਿਸਾਨਾਂ ਨੂੰ? ਦੇਖੋ ਜੀ, ਇੱਕ ਮਿਸਾਲ ਦੇ ਤੌਰ 'ਤੇ ਮੈਂ ਤੁਹਾਨੂੰ ਮੱਕੀ ਦੀ ਪਹਿਲਾਂ ਮਿਸਾਲ ਦਿੰਦਾ ਜੀ। ਮੱਕੀ ਦੀ 1800 ਕੁਛ ਰੁਪਏ MSP ਹੈਗੀ ਆ, ਜਿਹੜੀ ਕਿ ਸਾਡੇ ਇਸ ਬਾਰ 800-900 ਤੋਂ ਵੱਧ ਨਹੀਂ ਵਿਕੀ, ਮਤਲਬ ਲਗਭਗ ਅੱਧੇ ਤੋਂ ਵੀ ਘੱਟ ਮੁੱਲ ਦੇ ਵਿੱਚ। ਔਰ ਅਗਰ ਇਸੇ ਤਰ੍ਹਾਂ ਝੋਨੇ ਨਾਲ ਹੋਇਆ, ਝੋਨੇ ਦਾ ਹੁਣ 1800-1900 ਰੁਪਏ ਰੇਟ ਆ। ਜੇ ਉਹੀ UP ਦੇ ਵਿੱਚ ਮੈਂ ਦੱਸਦਾ ਤੁਹਾਨੂੰ, UP ਸਾਡੇ ਫਾਰਮ ਹੈਗਾ ਜੀ ਛੋਟਾ, ਉੱਥੇ ਜਦ ਕਿ 1888 ਰੁਪਏ ਰੇਟ ਆ, ਔਰ ਇਸ ਵਾਰ ਪਿਛਲੇ ਸਾਲ ਅਜੇ 1400-1500 ਤੱਕ ਵਿਕ ਗਿਆ ਸੀ, ਇਸ ਵਾਰ ਉਹ 1100-1200 ਤੇ ਹੀ ਰਹਿ ਗਿਆ ਕਾਨੂੰਨ ਆਉਣ ਤੋਂ ਬਾਅਦ। ਅਗਰ 1100-1200 ਸਾਡੇ ਆ ਗਿਆ ਤਾਂ ਤੁਸੀਂ ਹਾਲਾਤ ਦੇਖ ਲਓ ਵੀ ਪੰਜਾਬ ਦੇ ਕਿੰਨੇ ਕੁ ਭੈੜੇ ਔਰ ਮਾੜੇ ਹਾਲਾਤ ਜ਼ਿਮੀਂਦਾਰਾਂ ਦੇ ਹੋਣਗੇ। ਹਾਲਾਤ ਅੱਗੇ ਪਹਿਲਾਂ ਨਹੀਂ ਬਹੁਤ ਵਧੀਆ, ਫਿਰ ਕਿੰਨੇ ਕੁ ਹਾਲਾਤ ਭੈੜੇ ਹੋ ਜਾਣਗੇ, ਤੁਸੀਂ ਆਪੇ ਨਜ਼ਰ ਲਾ ਸਕਦੇ ਹਾਂ। ਇੱਥੇ ਕਈ ਜਗ੍ਹਾ 'ਤੇ ਮੋਰਚੇ ਲੱਗੇ ਹੋਏ ਨੇ, ਤੁਸੀਂ ਕਿੱਥੇ ਕਿੱਥੇ ਗਏ ਹੋ? ਮੈਂ ਜੀ ਆਪਣੇ ਸਿੰਘੂ ਬਾਰਡਰ ਹੀ ਕੱਲ੍ਹ ਦੇ ਆਏ ਜੀ, ਪਹਿਲਾਂ ਸਿੰਘੂ ਬਾਰਡਰ ਕੱਲ੍ਹ ਵੀ ਸੀਗੇ, ਫਿਰ ਮੁੜ ਕੇ ਅੱਜ ਸਵੇਰੇ ਟਿੱਕਰੀ ਬਾਰਡਰ ਗਏ ਹਾਂ, ਅਤੇ ਦੁਬਾਰਾ ਹੁਣ ਫਿਰ ਸਿੰਘੂ ਬਾਰਡਰ ਆਏ ਹਾਂ। ਔਰ ਹਰ ਇੱਕ ਥਾਂ ਬਹੁਤ ਜ਼ਿਆਦਾ ਕਿਸਾਨਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਆ, ਬਹੁਤ ਜ਼ਿਆਦਾ ਜੋਸ਼ ਆ, ਉਮੀਦ ਆ, ਔਰ ਇਹਦੀ ਸਫਲਤਾ ਲਈ ਉਹਨਾਂ ਦੇ ਦ੍ਰਿੜ ਵਿਸ਼ਵਾਸ ਆ ਇਸ ਅੰਦੋਲਨ ਦੀ ਸਫਲਤਾ ਲਈ। ਠੀਕ ਹੈ ਜੀ, ਸਾਡੇ ਨਾਲ ਹੋਰ ਵੀ ਕਿਸਾਨ ਆਏ ਹੋਏ ਨੇ। ਹਾਂਜੀ, ਤੁਸੀਂ ਕਿੱਥੋਂ ਆਏ ਹੋ ਜੀ, ਕੀ ਨਾਮ ਤੁਹਾਡਾ? ਅਸੀਂ ਅੰਮ੍ਰਿਤਪਾਲ ਸਿੰਘ ਨਾਮ ਆ ਜੀ। ਜੀ, ਡਿਸਟ੍ਰਿਕਟ ਹੁਸ਼ਿਆਰਪੁਰ, ਪਿੰਡ ਸਾਡਾ ਮਿਰਜ਼ਾਪੁਰ ਧਾਰੀਵਾਲ। ਤੁਸੀਂ ਦੇਖ ਰਹੇ ਹੋ ਕਿ ਕਿਸਾਨ ਇੱਥੇ ਬਹੁਤ ਵੱਡੀ ਗਿਣਤੀ ਵਿੱਚ ਨੇ ਅਤੇ ਕਈ ਗੈਰ ਕਿਸਾਨੀ ਲੋਕ ਵੀ ਨੇ, ਔਰ ਇਹ ਕਿਹਾ ਜਾਂਦਾ ਸੀ ਪਹਿਲਾਂ ਕਿ ਪੰਜਾਬ ਦੇ ਹੀ ਕਿਸਾਨ ਇਹ ਸਾਰਾ ਮੋਰਚਾ ਅੰਦੋਲਨ ਚਲਾ ਰਹੇ ਨੇ, ਹੁਣ ਤੁਸੀਂ ਕੀ ਵੇਖਿਆ? ਅਸੀਂ ਇੱਥੇ ਸਾਰੇ ਵੱਖ ਵੱਖ ਧਰਮਾਂ ਦੇ ਲੰਗਰ ਚੱਲ ਰਹੇ ਆ ਜੀ, ਹਿੰਦੂ ਭਰਾ ਵੀ ਬਹੁਤ ਸਾਡੇ ਨਾਲ ਇੱਥੇ ਸਾਥ ਦੇ ਰਹੇ ਆ। ਹੁਣੇ 5 ਮਿੰਟ ਪਹਿਲਾਂ ਅਸੀਂ ਦੇਖਿਆ ਇੱਥੇ ਮੁਸਲਮਾਨ ਵੀਰ ਸਾਡੇ ਨਮਾਜ਼ ਅਦਾ ਕਰਕੇ ਹਟੇ ਆ, ਜਿਹੜੇ ਵੀ ਇਹ ਬਿੱਲ ਵਾਪਸ ਲੈ ਜਾਣ ਇਸ ਹੱਕ 'ਚ ਸਾਡੇ। ਇੱਥੇ ਕੋਈ ਸਭ ਧਰਮਾਂ ਜਾਤਾਂ ਦੇ ਲੋਕ ਆ ਜੀ, ਹਰੇਕ ਧਰਮ ਵੱਲੋਂ ਲੰਗਰ ਚੱਲ ਰਹੇ ਆ ਅਤੁੱਟ, ਹਰ ਕੋਈ ਇੱਥੇ ਜਿਹੜਾ ਆ ਖੇਤੀ ਬਿੱਲਾਂ ਦਾ ਵਿਰੋਧ ਕਰ ਰਿਹਾ ਆ। ਤੁਸੀਂ ਕੀ ਸਮਝਦੇ ਹੋ ਕਿ ਜੇ 1 ਮਹੀਨਾ ਇੱਥੇ ਚੱਲਦਾ ਰਹੇ ਤਾਂ ਅੰਦੋਲਨ ਤੁਸੀਂ ਆਓਗੇ ਫਿਰ? ਅਸੀਂ ਬਿਲਕੁਲ ਆਵਾਂਗੇ ਜੀ। ਅਸੀਂ ਹੁਣ ਵੀ ਵਾਰੀ ਵਾਰੀ ਪਿੰਡਾਂ ਦੇ ਵਿੱਚ ਡਿਊਟੀਆਂ ਲਾਈਆਂ ਆ, ਕੁਛ ਦਿਨ ਹੁਣ ਸਾਡੀ ਡਿਊਟੀ ਲੱਗੀ ਸੀ, ਜਿੱਦਾਂ ਕਿ ਅਸੀਂ ਆਏ ਹਾਂ, ਹੁਣ 3-4 ਦਿਨ ਰਹਿ ਕੇ ਜਾਵਾਂਗੇ। ਹੁਣ ਇਸ ਤੋਂ ਬਾਅਦ ਸਾਡੇ ਪਿੰਡੋਂ ਹੋਰ ਬੰਦਿਆਂ ਨੂੰ ਭੇਜਾਂਗੇ, ਵਾਰੀ ਵਾਰੀ ਪਿੱਛੇ ਵੀ ਕੰਮ ਚੱਲ ਰਿਹਾ, ਔਰ ਇੱਥੋਂ ਦੇਖ ਕੇ ਜਾਂਦੇ ਜਿਹੜੀ ਚੀਜ਼ ਦੀ ਲੋੜ ਆ ਉਸ ਹਿਸਾਬ ਨਾਲ ਇਹਨਾਂ ਦੀ ਮਦਦ ਪਹੁੰਚਾ ਰਹੇ ਹਾਂ। ਠੀਕ ਹੈ ਜੀ, ਤੁਸੀਂ ਦੇਖ ਰਹੇ ਹੋ ਕਿ ਕਿਸਾਨ ਕਿਵੇਂ, ਨੌਜਵਾਨ ਵੀ ਕਿਸਾਨ ਔਰ ਵਡੇਰੀ ਉਮਰ ਦੇ ਕਿਸਾਨ ਤਾਂ ਇੱਥੇ ਹਨ ਬਹੁਤੇ, ਲੇਕਿਨ ਨੌਜਵਾਨ ਵੀ ਇਸ ਵਿੱਚ ਸ਼ਾਮਿਲ ਨੇ। ਇਹੋ ਜਿਹੇ ਹੋਰ ਕਿਸਾਨਾਂ ਨਾਲ ਗੱਲਬਾਤ ਜਲਦੀ ਲੈ ਕੇ